ਦੱਸਾਂ ਨਾਮ ਕੀ ਹੈ ਜੀ? ਮੇਰਾ ਨਾਮ ਇੰਦਰਜੀਤ ਵਰਮਾ ਜੀ। ਸਰ ਵਾਰਡ ਨੰਬਰ ਕਿੰਨਾ ਹੁੰਦਾ? ਨੰਬਰ 27। ਸਰ ਤੁਹਾਡੀ ਕੀ ਪ੍ਰੋਬਲਮ ਹੈ ਜੀ? ਮੇਰੀ ਪ੍ਰੋਬਲਮ ਹੈ ਕਿ ਜਦੋਂ ਇਹਨਾਂ ਨੇ ਲੈਟਰਿੰਗ ਦੇ ਫਰਦੇ ਬਣਾਈਆਂ ਨੇ ਸਾਰੀ ਮਿੱਟੀ ਬਾਹਰ ਕੱਢ ਕੇ ਛੱਡੇ, ਮੇਰੇ ਹੁਣ ਇੱਥੇ ਮੁੜ ਕੇ ਮਿੱਟੀ ਨਹੀਂ ਪਾਈ, ਸਾਰਾ ਮੀਂਹ ਦਾ ਪਾਣੀ ਮੇਰੇ ਨਿਉਂ 'ਚ ਪੈਂਦਾ। ਬਹੁਤ ਵਾਰੀ ਕਹਿ ਚੁੱਕਿਆ ਇਹਨਾਂ ਨੂੰ ਮੈਂ ਕਿ ਪਾ ਕੇ ਨਹੀਂ ਜਾਂਦੇ, ਕਹਿ ਦਾਂਗੇ ਪਾ ਦਿੰਦੇ ਆ, ਪਾਉਂਦੇ ਨਹੀਂ। ਉਸ ਤੋਂ ਬਾਅਦ ਮੇਰੀ ਵਾਟਰ ਸਪਲਾਈ ਜਾਂਦੀ ਸੀ ਗਲੀ ਅੱਗੇ, ਉਹ ਵੀ ਤੋੜ ਕੇ ਛੱਡ ਗਏ, ਉਹ ਵੀ ਮੈਨੂੰ ਆਪਣੇ ਆਪ ਬਣਾਉਣੀ ਪਈ ਹੈਗੀ ਹੈ, ਅਤੇ ਇਸ ਨਾਲ ਮੇਰੇ ਪੈਰਾਂ 'ਤੇ ਸੱਟਾਂ ਵੀ ਲੱਗੀਆਂ ਅਤੇ ਮੇਰੀ ਪ੍ਰੋਬਲਮ ਨਹੀਂ ਹੱਲ ਕਰਦੇ। ਤੁਸੀਂ ਸਰ ਆਪਣੀ ਪ੍ਰੋਬਲਮ ਸਰ ਕਿਹਨੂੰ ਦੱਸੀ ਹੈ ਜੀ? ਇਮਰਾਨ ਖਾਨ ਸੀ ਇਹਨਾਂ ਦਾ, ਉਹਨਾਂ ਨੂੰ ਦੱਸੀ ਕੌਣ ਆ ਸਰ? ਇਮਰਾਨ ਖਾਨ ਸੀ ਇਹਨਾਂ ਦਾ ਸੁਪਰਵਾਈਜ਼ਰ ਇੱਥੇ ਕੋਈ। ਅੱਛਾ ਅੱਛਾ, ਕਿੰਨੀ ਵਾਰ ਸਰ ਉਹਨੂੰ ਦੱਸਿਆ? ਉਹਨੂੰ ਬਹੁਤ ਵਾਰੀ ਕਿਹਾ, ਉਹ ਤਾਂ ਮੇਰੀ ਸੁਣਦਾ ਹੀ ਨਹੀਂ ਹੈ। ਉਸ ਤੋਂ ਬਾਅਦ ਬਸ ਕਰ ਦਾਂਗੇ, ਕਰ ਦਾਂ ਅੰਕਲ ਜੀ, ਕਰ ਦਾਂਗੇ, ਕਰ ਦਾਂਗੇ, ਇਸ ਤੋਂ ਬਾਅਦ ਹੋਰ ਕੁਛ ਨਹੀਂ ਕਹਿੰਦਾ। ਅੱਛਾ ਜੀ। ਉਸ ਤੋਂ ਬਾਅਦ ਇਹਨਾਂ ਦਾ ਆਇਆ ਸੀ ਦੂਜੇ ਆਪਣੇ, ਉਹਨਾਂ ਨੂੰ ਵੀ ਕਿਹਾ ਅਤੇ ਉਹਨੂੰ, ਉਹ ਵੀ ਕਹਿੰਦੇ ਸਟਾਰਾਂਗੇ, ਸਟਾਉਂਦਾ ਕੋਈ ਨਹੀਂ ਇੱਥੇ। ਅੱਛਾ ਜੀ। ਤੁਸੀਂ ਸਰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਦੇ ਕੀ ਤਾਂ ਸਾਡੇ ਮਕਾਨਾਂ ਦੀ ਬਜਟ ਕਿਤੇ, ਮੇਰੇ ਤੇ ਮਕਾਨ ਤੇੜਤੇ ਇਹਨਾਂ ਨੇ, ਮਕਾਨਾਂ ਦਿਖਾ ਦੇ, ਮੈਨੂੰ ਉਹਨਾਂ ਦਿਖਾਇਆ ਨਾਲ ਹਾਕਮ ਸਿੰਘ ਨੂੰ ਦਿਖਾਇਆ ਵਾ ਵੀ ਤੇੜਾ ਆਏ ਆ ਮੇਰੇ ਮਕਾਨ, ਸਾਡੀ ਕੋਈ ਸੁਣਦੇ ਹੈ ਨਹੀਂ, ਉੱਥੇ ਸਮਿੰਟ ਲਿਆ ਕੇ ਮੈਂ ਆਪਣਾ ਆਪ ਪਾਇਆ ਗਿਆ। ਅੱਛਾ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਅਮਰਦੀਪ ਸਿੰਘ ਹੈ। ਸਰ ਵਾਰਡ ਨੰਬਰ ਕਿੰਨਾ ਜੀ? ਵਾਰਡ ਨੰਬਰ 27 ਹੈ। ਸਰ ਤੁਹਾਡੀ ਪ੍ਰੋਬਲਮ ਕੀ ਹੈ ਜੀ, ਦੱਸੋ। ਪ੍ਰੋਬਲਮ ਸਰ ਇਹ ਆ ਨਾ, ਇਹਦੇ ਇਹਨੇ ਵਾਟਰ ਸਪਲਾਈ ਵਾਲਿਆਂ ਨੇ ਪਾਣੀ ਛੱਡਿਆ ਜੀ, ਪਾਣੀ ਛੱਡਿਆ ਤਾਂ ਇੱਥੇ ਲੀਕ ਹੋ ਗਈ, ਘੱਟੋ ਘੱਟ 4-5 ਇੰਚੀ ਪੈਪ ਹੋਣਾ ਜੀ ਜਿਹੜਾ ਲੀਕ ਹੋ ਗਿਆ ਸਾਡਾ ਪਾਣੀ, ਘੱਟ 2.5 ਫੁੱਟ ਅੰਦਰ ਪਾਣੀ ਚਲੇ ਗਿਆ ਜੀ, ਚੱਲਿਆ 20-25 ਮਿੰਟ ਆ ਜੀ। ਉਹਨਾਂ ਨੂੰ ਕਾਲ ਕੀਤੀ, ਉਹ ਕਹਿੰਦੇ ਜੀ ਇਹਨਾਂ ਦਾ ਇਮਰਾਨ ਆ ਜੀ ਇੱਕ ਉਰੇ, ਇਮਰਾਨ ਨੂੰ ਮੈਂ 2-3 ਫੋਨ ਮਾਰੇ, ਉਹ ਕਹਿੰਦਾ ਮੈਂ ਕਹਿਤਾ। ਕੌਣ ਆ ਜੀ ਇਮਰਾਨ? ਕੌਣ ਆ ਜੀ? ਸੁਪਰਵਾਈਜ਼ਰ ਆ ਜੀ ਇੱਥੇ ਕੋਈ, ਇਮਰਾਨ ਖਾਨ ਕੋਈ ਉਹਨਾਂ ਦਾ ਲਾਇਆ ਹੋਇਆ ਜੀ। ਅਤੇ ਉਹ ਤੋਂ ਬਾਅਦ ਉਹਨੇ ਮੈਨੂੰ ਨੰਬਰ ਸੈਂਡ ਕਰਿਆ, ਮੈਂ ਉਸ ਜਿਹੜਾ ਨੰਬਰ ਸੈਂਡ ਕਰਿਆ ਮੈਂ ਉਹਨੂੰ ਕਾਲ ਕੀਤੀ, ਅਤੇ ਉਹ ਮੈਨੂੰ ਕਹਿੰਦਾ ਜੀ ਪਾਣੀ ਛੱਡ ਕੇ ਦੇਖਿਆ ਵੀ ਮਾਝੇ ਕੋਈ ਨੁਕਸਾਨ ਹੋ ਗਿਆ, ਕੌਣ ਜ਼ਿੰਮੇਵਾਰ ਆ? ਮੈਨੂੰ ਉਹਨਾਂ ਨੇ ਕੋਈ ਦਿੱਤਾ ਨਹੀਂ, ਕੋਈ ਹਾਂ ਨਾ ਦਿੱਤੀ ਨੇ ਕਿ ਫੋਨ ਕੱਟਿਆ ਗਿਆ, ਉਹਦੇ ਅੱਧਾ ਘੰਟਾ ਲੱਗ ਗਿਆ ਜੀ ਸਾਨੂੰ। ਹੁਣ ਵੀ ਦੇਖੋ ਕੀ ਹਾਲ ਹੈ, ਕੱਲ੍ਹ ਨੂੰ ਕੋਈ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ? ਪਿੱਛੇ ਕਮਰੇ ਤੱਕ ਪਾਣੀ ਚਲੇ ਗਿਆ। ਸਰ ਉਸ ਤੋਂ ਇਲਾਵਾ ਤੁਸੀਂ ਸਰ ਕਿਹਨੂੰ ਹੋਰ ਕੰਪਲੇਂਟ ਕਰੀ ਹੈ ਜੀ? ਉਸ ਤੋਂ ਇਲਾਵਾ ਕੰਪਲੇਂਟ ਸਰ ਹਲੇ ਕਿਸੇ ਨੂੰ, ਇਹਨਾਂ ਨੂੰ ਕਰੀ ਤੀ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਜਾਂ ਇਹਨਾਂ ਦੇ ਕੋਈ। ਸਰ ਕੀ ਕਿਹਾ ਉਹਨਾਂ ਨੇ ਫਿਰ? ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਅਸੀਂ ਕਰਵਾ ਦਿੰਦੇ ਹਾਂ ਵੀ ਪਾਣੀ ਅਸੀਂ ਬੰਦ ਕਰਵਾ ਤਾ ਵੀ, ਛੱਡ ਕੇ ਦੇਖਿਆ ਤੇ ਵੀ ਪਾਣੀ ਸਹੀ ਆ ਰਿਹਾ। ਸਰ ਬੰਦਾ ਆਇਆ ਤੁਹਾਡੀ? ਕੋਈ ਨਹੀਂ ਆਇਆ। ਕੋਈ ਕੋਈ ਨਹੀਂ ਆਇਆ ਜੀ। ਕੋਈ ਮੌਕਾ ਦੇਖਣ ਆਇਆ ਕੋਈ ਬੰਦਾ? ਕੋਈ ਨਹੀਂ ਆਇਆ ਜੀ। ਮਹੱਲੇ ਦੇ ਬੰਦਿਆਂ ਨੇ ਰਲ ਮਿਲ ਕੇ ਪਾਣੀ ਕੱਢਿਆ ਹੁੰਦਾ ਸੀ? ਮਹੱਲੇ ਦੇ 4-5 ਮੁੰਡੇ ਲੱਗੇ ਆ ਜੀ, ਆ ਨਾਲ ਖੜੇ ਨੇ ਮਹੱਲੇ ਦੇ। ਇਸ ਘਰ ਗਲੀ ਦੇ ਵਿੱਚ ਸਾਡੇ 2 ਰਹਿਸ਼ਾਂ ਨੇ ਜੀ, ਸਾਡਾ ਪਰਿਵਾਰ ਇਹਨਾਂ ਦਾ ਚਾਚੇ ਤਾਏ, ਲੇਕਿਨ ਹੋਰ ਉਹਨਾਂ ਦੇ ਵੀ ਅੰਦਰ ਪਾਣੀ ਗਿਆ, ਸਾਡੇ ਵੀ ਸਿਰੇ ਪਾਣੀ ਚੜ੍ਹ ਗਿਆ।